जिन्ह ने टोए पट्टे और नवजोत सिंह सिद्धू नूं नीवा करन दी कोशिश कीती, तुसीं देखो 100 गुणे खूह च डिगे कि नहीं। कितने तीन चार तो मुख्यमंत्री भुगत गए, समझदा। ये उन्होंने कर्मों के नतीजे है। जिहे जे बीज कोई बोऊगा, अंकुर ओह जिहा ही फुटूगा। पंजाब विधानसभा चोणां दे विच मिली करारी हार तो बाद हुण जिथे पंजाब दी सियासत दे वड्डे वड्डे थम मीडिया दे विच बोलण अते लोकां दे विच जाण तो कतरा रहे ने, तां उत्थे दूजे पासे कांग्रेस दे प्रधान नवजोत सिंह सिद्धू पंजाब विधानसभा चोणां दे नतीजिआं दे दूजे दिन ही लोकां दे विच विचरन लग गए ने। ਅਤੇ ਲੋਕਾਂ ਦੇ ਵਿੱਚ ਵਿਚਰਦਿਆਂ ਉਹਨਾਂ ਦੇ ਵੱਲੋਂ ਆਪਣੀ ਹਾਰ ਅਤੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ। ਕੀ ਕੁਝ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ, ਆਓ ਤੁਹਾਨੂੰ ਸੁਣਾਉਂਦੇ ਹਾਂ। ਯੋਗੀ ਜਦੋਂ ਵੀ ਕੋਈ ਧਰਮ ਯੁੱਧ ਲੜਦਾ ਨਾ, ਤੇ ਉਹ ਸਾਰੇ ਬੰਧਨ ਕੱਟ ਕੇ, ਹਰ ਬੰਧਨ ਤੋਂ ਆਜ਼ਾਦ ਹੋ ਕੇ, ਮੌਤ ਦਾ ਵੀ ਭੈ ਨਹੀਂ ਹੁੰਦਾ ਉਹਨੂੰ। ਪੰਜਾਬ ਨਾਲ ਖੜ੍ਹੇ ਸੀ ਅਤੇ ਪੰਜਾਬ ਨਾਲ ਖੜ੍ਹੇ ਰਵਾਂਗੇ। ਜਦੋਂ ਇਨਸਾਨ ਖਾਲਸ ਨੀਅਤ ਦਿਲ ਦੇ ਵਿੱਚ ਰੱਖਦਾ ਹੈ ਔਰ ਉਹਦਾ ਉਦੇਸ਼ ਵੱਡਾ ਹੁੰਦਾ ਹੈ ਔਰ ਉਹ ਪੰਜਾਬ ਨਾਲ ਇਸ਼ਕ ਕਰੇ, ਤਾਂ ਫਿਰ ਉਹ ਹਾਰਾਂ ਜਿੱਤਾਂ ਨਹੀਂ ਦੇਖਦਾ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ, ਜਿਨ੍ਹਾਂ ਨੇ ਟੋਏ ਪੱਟੇ ਔਰ ਨਵਜੋਤ ਸਿੰਘ ਸਿੱਧੂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਦੇਖੋ 100 ਗੁਣੇ ਖੂਹ 'ਚ ਡਿੱਗੇ ਕਿ ਨਹੀਂ। ਕਿਤੇ ਤਿੰਨ ਚਾਰ ਤਾਂ ਮੁੱਖ ਮੰਤਰੀ ਭੁਗਤ ਗਏ, ਸਮਝਦਾ। ਇਹ ਉਹਨਾਂ ਦੇ ਕਰਮਾਂ ਦੇ ਨਤੀਜੇ ਹੈ। ਜਿਹੋ ਜਿਹੇ ਬੀਜ ਕੋਈ ਬੋਊਗਾ, ਅੰਕੁਰ ਉਹੋ ਜਿਹਾ ਹੀ ਫੁੱਟੂਗਾ, ਜਿਹਦੇ ਨਾਲ ਉਹਦੇ ਨਾਮ ਦੀ ਇੱਜ਼ਤ ਹੈ, ਜਿਹਦੇ ਨਾਲ ਵਾਹਿਗੁਰੂ ਦਾ ਦਿਲ 'ਚ ਪ੍ਰਕਾਸ਼ ਹੈ, ਉਹ ਅੱਛਾ ਨਾਮ ਇਮਾਨਦਾਰੀ ਦੀ ਰੋਟੀ ਜਦ ਤੱਕ ਕਿਸੇ ਇਨਸਾਨ ਕੋਲ ਹੈ ਉਹਦਾ ਕੁਛ ਨਹੀਂ ਗਵਾਇਆ ਗਿਆ। ਇਸ ਕਰਕੇ ਮੈਂ ਅੱਜ ਵੀ ਆਪਣੇ ਉਦੇਸ਼ ਦੇ ਨਾਲ ਖੜ੍ਹਾ, ਆਉਣ ਵਾਲੇ ਸਮੇਂ ਤੱਕ ਖੜ੍ਹਾ ਰਹੂੰਗਾ। ਇਹ ਰਾਜਨੀਤੀ ਬਦਲਾਵ ਦੀ ਸੀ। ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇੰਨਾ ਕੁ ਵਧੀਆ ਨਿਰਣਾ ਲੈ ਕੇ ਪੰਜਾਬ ਦੇ ਰਵਾਇਤੀ ਸਿਸਟਮ ਨੂੰ ਬਦਲ ਕੇ ਇੱਕ ਨਵੀਂ ਨੀਂਹ ਰੱਖੀ ਹੈ। ਮੈਂ ਠੋਕ ਕੇ ਕਹਿ ਰਿਹਾ ਕਿ ਬਦਲਾਵ ਉਹਨਾਂ ਨੇ ਕੀਤਾ ਔਰ ਲੋਕ ਕਦੇ ਗਲਤ ਨਹੀਂ ਹੁੰਦੇ। ਮੈਂ ਕੱਲ੍ਹ ਵੀ ਕਿਹਾ ਸੀ ਕਿ ਲੋਕਾਂ ਦੀ ਆਵਾਜ਼ ਦੇ ਵਿੱਚ ਪਰਮਾਤਮਾ ਦੀ ਆਵਾਜ਼ ਹੈ, ਉਹਨੂੰ ਸਮਝਣਾ ਚਾਹੀਦਾ, ਨਮਰਤਾ ਦੇ ਨਾਲ ਨੀਵਾਂ ਹੋ ਕੇ ਉਹਨੂੰ ਸਿਰ ਮੱਥੇ ਲਾਉਣਾ ਚਾਹੀਦਾ। ਸਰ ਤੁਸੀਂ ਅੱਜ ਪਹਿਲੇ ਦਿਨ ਇੱਕ ਆਮ ਤੌਰ 'ਤੇ ਲੀਡਰ ਜਿਹੜੇ ਨੇ ਰਿਜ਼ਲਟ ਜੋ ਵੀ ਨਿਕਲਦੇ ਨੇ, ਤੁਸੀਂ ਤਾਂ ਪਹਿਲੇ ਦਿਨ ਹੀ ਵਰਕਰਾਂ ਨੂੰ ਉਸੇ ਤਰ੍ਹਾਂ ਜੋ ਮੈਂ ਕਹਿੰਦਾ ਮੇਰਾ ਦਾਇਰਾ ਕਦੇ ਵੀ ਸੀਮਿਤ ਨਹੀਂ ਸੀ। ਮੇਰਾ ਦਾਇਰਾ ਹਮੇਸ਼ਾ ਰੂਹਾਨੀ ਹੈ ਔਰ ਦਿਲ ਦਾ ਹੈ। ਇਹਨਾਂ ਲੋਕਾਂ ਦੇ ਨਾਲ ਮੇਰਾ ਸੰਬੰਧ ਕੋਈ ਹਾਰ ਜਿੱਤ ਤਾਂ ਥੋੜ੍ਹਾ ਨਾ। ਪੰਜਾਬ ਦੇ ਲੋਕਾਂ ਦੇ ਵਿੱਚ ਮੈਂ ਰੱਬ ਦੇਖਦਾ, ਇਹਨਾਂ ਦੇ ਕਲਿਆਣ 'ਚ ਮੈਂ ਆਪਦਾ ਕਲਿਆਣ ਦੇਖਦਾ। ਅਤੇ ਫਿਰ ਇਹਦੇ 'ਚ ਮੈਨੂੰ ਇੱਕ ਗੱਲ ਦੱਸ, ਨਫ਼ਾ ਨੁਕਸਾਨ ਕਿੱਥੋਂ ਆ ਗਿਆ? ਜਿਨ੍ਹਾਂ ਨੇ ਨਫ਼ਾ ਨੁਕਸਾਨ ਸੋਚੇ ਉਹ ਦੱਬੇ ਗਏ, ਬੀਜੇ ਗਏ। ਕੌਣ ਕਹਿੰਦਾ ਬੇਅਦਬੀ ਦੀ ਸਜ਼ਾ ਨਹੀਂ ਮਿਲੀ? ਦੱਸ ਕੌਣ ਕਹਿੰਦਾ? ਜਿਹਨੇ ਕੱਲ੍ਹ ਦੇਖਿਆ ਉਹਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਬੇਅਦਬੀ ਦੀ ਸਜ਼ਾ ਹੈ? ਜਿਹੜੇ ਪੰਥ ਦੇ ਨਾਂ ਦੇ ਉੱਤੇ ਰਾਜ ਕਰਦੇ ਸੀ ਕਿੱਥੇ ਗਏ? ਅਤੇ ਮੈਂ ਕਾਂਗਰਸ 'ਚ ਰਹਿ ਕੇ ਚੀਕਾਂ ਮਾਰੀਆਂ ਵੀ ਇਹ ਮਾਫੀਆ ਖਤਮ ਕਰੋ। ਐਂਡ ਤੱਕ ਮੈਂ ਲੜਦਾ ਰਿਹਾ, ਅੱਜ ਵੀ ਮੈਂ ਲੜ ਰਿਹਾ ਵੀ ਇਹ ਮਾਫੀਆ ਜਦ ਤੱਕ ਪਾਸੇ ਨਹੀਂ ਹੋਏਗਾ ਪੰਜਾਬ ਦੀ ਇਨਕਮ ਨਹੀਂ ਵਧੇਗੀ। ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਪੰਜਾਬ ਦੀ ਇਨਕਮ ਹੈ। ਮੈਂ ਕਹਿੰਦਾ ਆਪ ਦੇਖੋ ਨਾ, ਤਾਂ ਮੈਂ ਸਮਾਂ ਦੇਣਾ, ਇਹ ਸਮਾਂ ਲੋਕਾਂ ਨੇ ਦੇਣਾ ਸੀ। ਆਪ ਨੂੰ ਲੋਕਾਂ ਨੇ 5 ਸਾਲ ਇੱਕ ਭਰਪੂਰ ਬਹੁਮਤ ਜਿੱਦਾਂ ਕਾਂਗਰਸ ਨੂੰ ਦਿੱਤੀ ਸੀ, ਕਾਂਗਰਸ ਉਸ ਮੌਕੇ ਦਾ ਫਾਇਦਾ ਨਹੀਂ ਉਠਾ ਪਾਈ ਔਰ ਇੱਕ ਲਾਲਚੀ ਢੋਂਗੀ ਡਾਕੂ ਮੁੱਖ ਮੰਤਰੀ ਜਿਹਦਾ ਬਰਾਬਰ ਦੀ ਚੋਟ ਬਾਦਲਾਂ ਦੇ ਨਾਲ ਅੱਟੀ ਸੱਟੀ ਹੋਈ, ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਾਨਣ ਦਾ ਸੇਮ ਥਿੰਗ ਮੈਂ ਕਹਿੰਦਾ ਹੁੰਦਾ ਸੀ, ਠੀਕ ਹੈ। ਉਹਦੇ ਨਾਲ ਲੜਾਈ ਲੜੀ, ਉਹਨੂੰ ਲਾਇਆ, ਉਹ ਬਹੁਤ ਹੰਕਾਰ 'ਚ ਸੀ। ਹੰਕਾਰ ਉਹਨਾਂ ਦੇ ਹੁੰਦੇ ਆ ਜਿਹੜੇ ਨਿੱਜੀ ਸਵਾਰਥਾਂ ਨਾਲ ਜੁੜੇ ਹੁੰਦੇ ਆ, ਬਿਜ਼ਨਸਾਂ ਨਾਲ ਜੁੜੇ ਹੁੰਦੇ ਆ। ਆਪ ਨੂੰ ਅਸੀਂ ਨਹੀਂ ਮੌਕਾ ਦੇਣਾ, ਆਪ ਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਔਰ 5 ਸਾਲ ਲਈ ਦਿੱਤਾ। ਇਹ ਬਹੁਤ ਅਰਲੀ ਹੈ, ਅਜੇ ਤਾਂ ਉਹਨਾਂ ਨੇ ਟ੍ਰੇਲਰ ਵੀ ਨਹੀਂ ਚਲਾਇਆ। ਇਹ ਵਕਤ ਜਦੋਂ ਲੰਘੂਗਾ, ਆਪ ਦੀ ਪਰਫੋਰਮੈਂਸ
ਅਸੀਂ ਐਜ਼ ਅ ਵਾਚਡੌਗ ਜ਼ਰੂਰ ਐਨਲਾਈਜ਼ ਕਰਾਂਗੇ। 25 ਸੀਟਾਂ ਦੇ ਪਿਛਲੀ ਵਾਰੀ ਤੁਸੀਂ ਪ੍ਰਚਾਰ ਮਾਝੇ ਦੀ ਗੱਲ ਕਰਾਂ ਤੇ ਕੀਤਾ ਸੀ 22 ਸੀਟਾਂ ਆ ਗਈਆਂ ਸੀਗੀਆਂ ਇਸ ਵਾਰ ਤੁਸੀਂ ਗਏ ਨਹੀਂ ਕਿਸੇ ਦੇ? ਨਹੀਂ ਮੈਂ ਇਸ ਵਾਰ ਮੇਰਾ ਜਾਣਾ ਬਣਦਾ ਹੀ ਨਹੀਂ ਸੀ ਕਿਉਂਕਿ ਮੁੱਖ ਮੰਤਰੀ ਦਾ ਜਾਣਾ ਬਣਦਾ ਕਿਉਂਕਿ ਜਿਹੜਾ ਬੰਦਾ ਸੀਐਮ ਕੈਂਡੀਡੇਟ ਹੈ ਐਡਮਿਨਿਸਟ੍ਰੇਟਿਵ ਪਾਵਰ ਉਹਨੂੰ ਪਾਰਟੀ ਨੇ ਦਿੱਤੀ ਹੈ ਉਹਦਾ ਜਾਣਾ ਬਣਦਾ। ਮੈਨੂੰ ਅਗਰ ਕੋਈ ਕਹਿੰਦਾ ਮੈਂ ਜਾਂਦਾ, ਲੇਕਿਨ ਕਿਉਂਕਿ ਉਹ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੁੰਦਾ। ਲਾਸਟ ਟਾਈਮ ਤੁਸੀਂ ਜਦੋਂ ਚੋਣ ਪ੍ਰਚਾਰ ਖਤਮ ਹੋਇਆ ਬਠਿੰਡੇ 4:40 ਦੇ ਰੈਲੀ ਕੀਤੀ ਸੀ ਮਨਵੀਰ ਬਾਦਲ ਹੋਣਾ ਦੇ ਨਾਲ, ਤੇ ਉਹ ਵੀ ਇੱਕ ਪ੍ਰਭਾਵ ਛੱਡ ਗਈ ਸੀ, ਮਤਲਬ ਉਹਨੂੰ ਵੀ ਗਿੰਦੇ ਸੀ। ਵੇਖੋ ਮੈਂ ਜਿੱਦਣ 2017 ਜਿੱਦਣ 6 ਤਰੀਕ ਨੂੰ ਰਾਹੁਲ ਜੀ ਨੇ ਚੰਨੀ ਦਾ ਨਾਮ ਅਨਾਊਂਸ ਕੀਤਾ ਛੋਟੇ ਭਾਈ ਦਾ, ਮੈਂ ਉਹਦਾ ਹੱਥ ਖੜਾ ਕੀਤਾ ਤੇ ਮੈਂ ਉਹਨੂੰ ਕਿਹਾ ਭਾਈ ਹੁਣ ਤੇਰੀ ਜ਼ਿੰਮੇਵਾਰੀ ਹੈ ਔਰ ਅਸੀਂ ਤੇਰਾ ਸਹਿਯੋਗੀ ਹਾਂ। ਮੈਂ ਉਹਦਾ ਐਂਡ ਤੱਕ ਸਹਿਯੋਗ ਕੀਤਾ, ਉਹ ਮੇਰੀ ਕੰਸਟੀਟੂਐਂਸੀ ਵੀ ਆਇਆ। ਲੇਕਿਨ ਇਸ ਮਤਲਬ ਚਯਨ ਇਸ ਚੋਇਸ ਨੂੰ ਲੋਕਾਂ ਨੇ ਮੰਨਿਆ ਜਾਂ ਨਾ ਮੰਨਿਆ ਉਹਦੀ ਡੂੰਘਾਈ 'ਚ ਮੈਂ ਨਹੀਂ ਜਾਊਂਗਾ, ਕਿਉਂਕਿ ਇਹ ਹਾਈਕਮਾਂਡ ਦਾ ਫੈਸਲਾ ਸੀ ਔਰ ਮੈਂ ਹਾਈਕਮਾਂਡ ਦਾ ਦੇਖੋ ਵੇਖੋ ਇਹ ਜ਼ਿੰਮੇਵਾਰੀਆਂ ਜਾਂ ਕਿਸੇ 'ਤੇ ਉਂਗਲ ਚੁੱਕਣੀ ਉਹ ਵੀ ਪਬਲਿਕ ਦੇ ਵਿੱਚ ਇਹ ਛੋਟੀ ਸੋਚ ਦੇ ਮਾਲਕ ਕਰਦੇ ਆ। ਸਾਡਾ ਇਰਾਦਾ ਵੱਡਾ, ਸਾਡੀ ਸੋਚ ਵੱਡੀ ਹੈ ਔਰ ਸਾਡੀ ਸੋਚ ਸਵਾਰਥਾਂ 'ਚ ਬੱਝੀ ਨਹੀਂ। ਤੁਹਾਡੀ ਬੋਡੀ ਲੈਂਗੁਏਜ ਤੋਂ ਨਹੀਂ ਲੱਗਦਾ ਕਿ ਕੋਈ ਚਲੋ ਜਿਹਦਾ ਅਸਰ ਹੋਏਗਾ, ਬਟ ਫਿਰ ਵੀ ਕੋਈ ਅਨੰਦ ਸਿੰਘ ਸਾਹਿਬ ਕੋਈ ਵੇਖੋ ਮੈਂ ਤਾਂ ਮੇਰੀ ਇੱਕ ਗੱਲ ਨੂੰ ਸੁਣਾ ਜੀ। ਜਦੋਂ ਕ੍ਰਿਕਟ ਖੇਡਦੇ ਸੀ ਨਾ ਮਿੱਤਰਾ, ਇੱਕ ਦਿਨ 100 ਬਣਾਈਦਾ ਸੀ, ਦੂਜੇ ਦਿਨ 100 ਬਣਾਈਦਾ ਸੀ, ਤੀਜੇ ਦਿਨ 0 ਤੇ ਵੀ ਆਊਟ ਹੋਈਦਾ ਸੀ। ਇਹ ਹਾਰਾਂ ਜਿੱਤਾਂ ਬੜੀਆਂ ਦੇਖੀਆਂ ਨੇ ਲਾਈਫ ਦੇ ਵਿੱਚ, ਹਾਰਾਂ ਜਿੱਤਾਂ ਬਿਲਕੁਲ ਵੀ ਕਿਸੇ ਇੰਡੀਵਿਜੂਅਲ ਦਾ ਹਾਰ ਜਿੱਤ ਦਾ ਮਸਲਾ ਹੀ ਹੈ ਨਹੀਂ, ਪੰਜਾਬ ਕਿੱਦਾਂ ਜਿੱਤਣਾ ਮਸਲਾ ਇਹ ਹੈ ਔਰ ਪੰਜਾਬ ਕਿਸ ਤਰ੍ਹਾਂ ਜਿਤਾਉਣਾ ਹੈ ਉਹਦਾ ਇੱਕ ਪ੍ਰੋਪਰ ਮਾਡਲ ਹੈ। ਤੁਸੀਂ ਦੇਖਿਓ ਉਸ ਮਾਡਲ ਤੋਂ ਕੋਈ ਹਿੱਲੂਗਾ ਨਹੀਂ। ਤੁਹਾਡੇ ਖਿਲਾਫ ਦੇਖਿਓ ਤੁਸੀਂ, ਨਹੀਂ ਚਲੋ ਮੇਰੇ ਖਿਲਾਫ ਦੇਖੋ ਜਿਹੜੇ ਮੇਰੇ ਖਿਲਾਫ ਆਏ ਮੈਂ ਉਦੋਂ ਜਵਾਬ ਦਿੱਤਾ, ਅੱਜ ਜਵਾਬ ਦੇ ਰਿਹਾ ਮੈਂ, ਤੁਸੀਂ ਆਪ ਹੀ ਜਵਾਬ ਦੇ ਰਹੇ ਹੋ, ਕਿੱਥੇ ਆ ਉਹ? ਮੇਰੀ ਤਕਰਾਰ ਦੀ ਰਾਜਨੀਤੀ ਪਹਿਲਾਂ ਵੀ ਨਹੀਂ ਸੀ, ਲੇਕਿਨ ਕੋਈ ਬੰਦਾ ਬੇਤੁਕੀਆਂ ਗੱਲਾਂ ਕਰੂਗਾ ਉਹਨੂੰ ਜਵਾਬ ਦੇਣਾ ਜ਼ਰੂਰੀ ਹੈ ਨਾ। ਅੱਜ ਮਾਫੀਆ ਸਾਰਾ ਖੁੱਲਿਆ ਨਾ, ਅੱਜ ਕੋਈ ਮਾਫੀਆ ਲੁਕਿਆ ਛੁਪਿਆ ਤਾਂ ਨਹੀਂ, ਤੇ ਜੇ ਅੱਗੇ ਨੂੰ ਵੀ ਮਾਫੀਆ ਅੱਗੇ ਕਰੋਗੇ ਤੇ ਲੋਕ ਨਕਾਰਨਗੇ, ਤੇ ਜੇ ਤੁਸੀਂ ਇੱਕ ਨਵੀਂ ਸੋਚ ਦੇ ਨਾਲ ਸਿਸਟਮ ਨੂੰ ਭੰਨ ਕੇ ਨਵਾਂ ਸਿਸਟਮ ਅੱਗੇ ਕਰੋਗੇ ਤੇ ਲੋਕ ਸਵੀਕਾਰਨਗੇ। ਨਵਜੋਤ ਸਿੰਘ ਸਿੱਧੂ ਦੀ ਅਗਲੀ ਹੁਣ ਕੀ ਮੇਰੀ ਮੀਟਿੰਗ ਕਰੋ ਸਦੋ ਕਿਹਦੇ ਹਲਕੇ ਪ੍ਰਤੀ? ਮੇਰੀ ਲੜਾਈ ਪਹਿਲਾਂ ਤੋਂ ਸਿਸਟਮ ਦੀ ਸੀ, ਸਮਝਿਆ ਨਹੀਂ? ਜਿਸ ਪੱਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਏ। ਇਹ ਸਿਸਟਮ ਦੇ ਖਿਲਾਫ ਜਿਹੜੀ ਲੜਾਈ ਹੈ ਇਹਦੇ ਵਿੱਚ ਇੱਕ ਪੰਜਾਬ ਦੇ ਨਾਲ ਇਸ਼ਕ ਹੈ ਔਰ ਇਹਦੇ 'ਚ ਬਦਲੇ 'ਚ ਕੁਛ ਮੰਗਣ ਦੀ ਜ਼ਰੂਰਤ ਨਹੀਂ ਹੈ। ਮੇਰੀਆਂ ਸ਼ੁਭਕਾਮਨਾਵਾਂ ਆਮ ਆਦਮੀ ਪਾਰਟੀ ਨੂੰ ਕਿ ਆਉਣ ਵਾਲਾ ਸਮਾਂ ਇੱਕ ਆਸ ਔਰ ਉਮੀਦ ਦਾ ਸਮਾਂ ਹੈ। ਆਖਰੀ ਸਵਾਲ ਹੈ, ਅਕਾਲੀ ਦਲ ਦੀਆਂ 3 ਸੀਟਾਂ? ਨਹੀਂ ਉਹਦੀ ਦੇਖੋ ਜੋ ਚਲਾ ਗਿਆ ਉਸੇ ਭੁੱਲ ਜਾ, ਜਿਹੜਾ ਕਬਰ 'ਚ ਦਫ਼ਨ ਹੀ ਹੋ ਗਿਆ ਉਹਦੇ ਬਾਰੇ ਕੀ ਕਰ? ਮੁਰਦੇ ਦਾ ਵਾਲ ਲਾਏਗਾ ਅਤੇ ਉਹਦਾ ਤਾਂ ਵਜਨ ਹਲਕਾ ਹੋਜੂ, ਛੱਡ ਉਹਨੂੰ, ਛੱਡ, ਸਮਝਣਾ? ਵੇਖੋ ਮੈਂ ਗੱਲ ਕਰ ਰਿਹਾ ਆਸ ਅਤੇ ਉਮੀਦ ਦੀ, ਉਹ ਕਿਹਦੀ ਆਸ ਹੈ ਕਿਹਦੀ ਉਮੀਦ ਹੈ? ਦੀ ਪੋਲੀਟਿਕਸ ਆਫ ਹੋਪ, ਉਹ ਕਿਹਦੀ ਆਸ ਉਮੀਦ ਹੈ? ਉਹ ਪੰਜਾਬ ਦੇ ਲੋਕਾਂ ਦੀ ਆਸ ਉਮੀਦ ਹੈ। ਉਹਨਾਂ ਨੇ ਆਸ ਔਰ ਉਮੀਦ ਦੇ ਨਾਲ ਵੋਟਾਂ ਪਾ ਕੇ ਆਮ ਆਦਮੀ ਦੀ ਸਰਕਾਰ ਬਣਾਈ ਹੈ 90-92 ਸੀਟਾਂ ਦੇ ਨਾਲ, ਸਮਝ ਨਹੀਂ? ਇਸ ਕਰਕੇ ਜਿਵੇਂ ਨਵੀਂ ਸਵੇਰ ਹੈ, ਮੈਂ ਸ਼ੁਭਕਾਮਨਾਵਾਂ ਦਿੰਦਾ ਕਿ ਇਸ ਆਸ ਔਰ ਉਮੀਦ ਨੂੰ ਠੇਸ ਨਾ ਪਹੁੰਚੇ ਔਰ ਇਹ ਇਹ ਆਸ ਔਰ ਉਮੀਦ ਦੇ ਉੱਤੇ ਆਮ ਆਦਮੀ ਪਾਰਟੀ ਖਰੀ ਉਤਰੇ। ਜੇ ਉਹ ਖਰੇ ਉਤਰਨਗੇ ਜੈ ਜੈਕਾਰ ਹੈ, ਜੇ ਨਹੀਂ ਉਤਰਨਗੇ ਠਾ ਹੈ। ਯਾਰ ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਮੈਂ ਉਹਨੂੰ ਚਾਚਾ ਨਾ ਕਹਿੰਦਾ ਮਿੱਤਰਾ।